2017 के चुनावों को लेकर मोगा से कांग्रेस की सीट के लिए भावी उम्मीदवार मंजीत मान ने अपने वर्करों के साथ एक अहम मीटिंग की और कांग्रेस की नीतियों को घर घर पहुंचाने के लिए वर्करों को लामबंद किया। ਤੁਹਾਨੂੰ ਪਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਜਿਹੜੇ ਚੋਣਾਂ ਨੇ ਉਹ ਬਹੁਤ ਨਜ਼ਦੀਕ ਨੇ ਤੇ ਉਹਨਾਂ ਚੋਣਾਂ ਦੇ ਸੰਬੰਧੀ ਅੱਜ ਅਸੀਂ ਮੋਗਾ ਵਿਧਾਨ ਸਭਾ ਹਲਕੇ ਦੇ ਜਿਹੜੇ ਕਾਂਗਰਸੀ ਵਰਕਰ ਨੇ ਜਿਹੜੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀ ਇੱਕ ਮੀਟਿੰਗ ਰੱਖੀ ਹੈ ਤਾਂ ਕਿ ਕਾਂਗਰਸ ਪਾਰਟੀ ਦੀ ਜਿਹੜੀ ਨੀਤੀਆਂ ਨੇ ਉਹਨਾਂ ਨੀਤੀਆਂ ਨੂੰ ਜਿਹੜੇ ਆਪਣੇ ਕਾਂਗਰਸ ਪਾਰਟੀ ਦੇ ਵਰਕਰ ਨੇ ਘਰ ਘਰ ਪਹੁੰਚਾ ਸਕਣ ਤੇ ਪਿੰਡ ਪਿੰਡ ਸ਼ਹਿਰ ਦੇ ਵਿੱਚ ਵਾਰਡਾਂ ਵਿੱਚ ਜਾ ਕੇ ਦੱਸਣ ਕਿ ਕਾਂਗਰਸ ਪਾਰਟੀ ਨੇ 2002 ਤੋਂ ਲੈ ਕੇ 2007 ਤੱਕ ਕਿਹੜੇ ਕੰਮ ਕੀਤੇ ਅਤੇ ਗਾਂਹ ਸਰਕਾਰ ਬਣਨ 'ਤੇ ਕਿਹੜੇ ਕੰਮ ਕਰਨੇ ਨੇ ਅਤੇ ਤੁਹਾਨੂੰ ਪਤਾ ਹੈ ਕਿ ਪਿਛਲੇ 10 ਸਾਲਾਂ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਨੇ ਜਿਹੜਾ ਗੁੰਡਾ ਰਾਜ ਚਲਾਇਆ ਪੰਜਾਬ ਦੇ ਵਿੱਚ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਦਾ ਬਹੁਤ ਵੱਡਾ ਘਾਣ ਕੀਤਾ ਅਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਿਹੜਾ ਇਹਨਾਂ ਦੀਆਂ ਨਾਕਾਮਯਾਬੀਆਂ ਨੇ ਇਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਅੱਜ ਅਸੀਂ ਮੀਟਿੰਗ ਕੀਤੀ ਹੈ ਅਤੇ ਸਾਡਾ ਮੇਨ ਏਜੰਡਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਲਿਆਂਦੀ ਜਾਵੇ ਅਤੇ ਉਹਦੇ ਲਈ ਹਰ ਵਰਕਰ ਨੂੰ ਤਕੜਾ ਕੀਤਾ ਜਾਵੇ ਅਤੇ ਇੱਕੋ ਸਾਡਾ ਮਨੋਰਥ ਹੈ ਕਿ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਜੀ ਦੁਬਾਰਾ ਮੁੱਖ ਮੰਤਰੀ ਬਣ ਕੇ ਪੰਜਾਬ ਦੀ ਸੇਵਾ ਕਰਨ ਤਾਂ ਜੋ ਪੰਜਾਬ ਫਿਰ ਤੋਂ ਤਰੱਕੀਆਂ ਦੀ ਨੀਹਾਂ 'ਤੇ ਚੱਲੇ ਅਤੇ ਫਿਰ ਤੋਂ ਖੁਸ਼ਹਾਲ ਹੋ ਸਕੇ। ਧੰਨਵਾਦ।